ਲੱਗਣ ਲੱਗਾ ਤੇਰੇ ਘਰ ਨੂੰ ਫੋਨ ਕਰਨ, ਤੈਨੂੰ ਰਾਜਾ ਸਾਨੂੰ ਕੁਛ ਨਹੀਂ ਹੋਣ ਰਹਿਣਾ, ਹੈਪੀ ਬੋਲ 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 ਮੇਰਾ ਭਰਾ ਮੈਂ ਤੇਰੇ ਕੋਲ ਹਾਂ, ਹੈਪੀ ਬੋਲ ਬੋਲ ਮੇਰਾ ਭਰਾ ਤੈਨੂੰ ਕੀ ਹੋਇਆ, ਹੈਪੀ ਬੋਲ ਤਾਂ ਸਹੀ ਯਾਰ, ਹੈਪੀ ਬੋਲ ਹੈਪੀ ਬੋਲ ਯਾਰ ਤੈਨੂੰ ਕੀ ਹੋਇਆ, ਹੈਪੀ ਰਾਜਾ ਸਾਹਿਬ ਨੇ ਕੁਛ ਨਹੀਂ ਹੋਣ ਦੇਣਾ ਮੈਂ ਤੇਰੇ ਨਾਲ ਵਾਂ, ਹੈਪੀ ਬੋਲ ਬੋਲ ਮੇਰਾ ਭਰਾ ਰਾਜਾ ਬਲੀ ਕਰ ਪਲੀ, ਹੈਪੀ ਬੋਲ ਹੈਪੀ ਹੈਪੀ ਚੱਲ ਗਿਆ ਜੋ ਸੀਗਾ ਚੱਲ ਗਈ ਉਹ। ਵਟਸਐਪ ਗਰੁੱਪ ਤੇ ਨਾ ਦੋ ਦਿਨ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਭੂਤ ਦੀ, ਤੁਸੀਂ ਇਸ ਮਸਲੇ ਤੇ ਕੀ ਕਹੋਗੇ? ਮਤਲਬ ਚਰਚਾ ਇਹ ਫੈਲ ਰਹੀ ਹੈ ਕਿ ਨਵੇਂ ਸ਼ਹਿਰ ਵਿੱਚ ਭੂਤ ਆ ਗਏ ਆ ਜੀ, ਲੋਕ ਸਹਿਮ ਗਏ ਆ, ਸਹਿਮ ਗਏ ਡਰ ਗਏ ਬਈ ਲਿੰਕ ਸੜਕਾਂ ਤੇ ਭੂਤ ਫਿਰਦੇ ਆ ਜੀ। ਅੱਛਾ ਰਕੇਸ਼ ਸਾਹਿਬ ਵੀ ਭੂਤ ਦੀ ਗੱਲ ਆਪਾਂ ਕੀਤੀ ਆ ਨਾ, ਜਦ ਮੈਂ ਬਚਪਨ 'ਚ ਸੀ ਮੈਨੂੰ ਭੂਤਾਂ ਤੋਂ ਡਰ ਲੱਗਦਾ ਸੀ। ਅੱਛਾ ਫਿਰ ਜਦ ਵੱਡੇ ਹੋਏ ਆ ਤਾਂ ਪਤਾ ਲੱਗਿਆ ਜਿਹੜੇ ਤੁਰਦੀਆਂ ਫਿਰਦੀਆਂ ਮਰੀਆਂ ਜ਼ਮੀਰਾਂ ਆ ਉਹ ਜ਼ਿਆਦਾ ਘਾਤਕ ਆ, ਭੂਤ ਤਾਂ ਇੱਕ ਵਾਰੀ ਮਾਰਦੇ ਆ ਮਰੀਆਂ ਜ਼ਮੀਰਾਂ ਵਾਲੇ ਵਾਰ ਵਾਰ ਮਾਰਦੇ ਆ। ਜਿਹੜੇ ਇਸ ਮਸਲੇ ਤੁਸੀਂ ਗੱਲ ਕਰ ਰਹੇ ਆ, ਦੋ ਦਿਨ ਤੋਂ ਵੀਡੀਓ ਸਾਡੇ ਤੱਕ ਵੀ ਪਹੁੰਚੀ ਸੀਗੀ ਜੀ, ਔਰ ਅਸੀਂ ਵੀ ਵੇਟ ਕਰ ਰਹੇ ਸੀ ਕਿ ਐਟਲੀਸਟ ਪਤਾ ਤਾਂ ਲੱਗੇ ਵੀ ਵੀਡੀਓ ਵਿੱਚ ਜਿਹੜੇ ਬੰਦੇ ਨੂੰ ਇੱਕ ਨਾਲ ਦਾ ਬਚਾਉਣ ਵਾਲਾ ਜੋ ਲੱਗ ਰਿਹਾ ਕਹਿ ਰਿਹਾ ਕਿ ਹੈਪੀ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ, ਜਿਹੜਾ ਹਿੰਮਤ ਦੇਣ ਦੀ ਕੋਸ਼ਿਸ਼ ਕਰ ਰਿਹਾ ਉਹ ਬੰਦਾ ਹੈ ਕੌਣ ਹੈ ਅਤੇ ਹੈਪੀ ਕੌਣ ਹੈ। ਚਲੋ ਦੋ ਦਿਨਾਂ 'ਚ ਅਸੀਂ ਬੜੀ ਘੋਖ ਕੀਤੀ, ਕੋਈ ਕਹਿੰਦਾ ਜੀ ਕਿ ਇਹ ਤਲਵੰਡੀ ਫੱਤੂ ਦਾ ਮਾਮਲਾ ਹੈ, ਕੋਈ ਕਹਿੰਦਾ ਜੀ ਨਵੀਂ ਆਬਾਦੀ ਦਾ ਮੁੰਡਾ ਹੈ ਚਾਰ ਦਿਨ ਤੋਂ ਉਹ ਬੇਹੋਸ਼ ਪਿਆ ਹੈ ਅਨਕੋਨਸ਼ੀਅਸ ਹੈ, ਕੋਈ ਕਹਿੰਦਾ ਜੀ ਰਾਜਾ ਸਾਹਿਬ ਮਜਾਰੇ ਦਰਸ਼ਨ ਕਰਨ ਨੂੰ ਗਏ ਸੀਗੇ ਆਉਂਦੇ ਆਉਂਦੇ ਲਿੰਕ ਸੜਕ 'ਤੇ ਉਹਨਾਂ ਨੂੰ ਪਿੰਡ ਦੀ ਸੜਕ 'ਤੇ ਇਹ ਭੂਤਣੀ ਮਿਲ ਗਈ ਭੂਤਣੀ ਚੜੇਲ, ਕੋਈ ਇੱਦਾਂ ਕਹਿ ਰਿਹਾ, ਕੋਈ ਕਹਿੰਦਾ ਜੀ ਕਿ ਬਲਾਚੌਰ ਦਾ ਮਾਮਲਾ, ਕੋਈ ਕਿਸੇ ਪਿੰਡ ਦਾ ਕੋਈ ਕਿਸੇ ਪਿੰਡ ਦਾ ਨਾਮ ਲੈ ਰਿਹਾ। ਬੜੀ ਕੋਸ਼ਿਸ਼ ਕੀਤੀ ਲੇਕਿਨ ਕਿਸੇ ਵੀ ਤਹਿ ਤੱਕ ਨਹੀਂ ਪਹੁੰਚੀ, ਕਿਉਂਕਿ ਵਟਸਐਪ ਗਰੁੱਪਾਂ 'ਚੋਂ ਇਹ ਜਿਹੜੀ ਖਬਰ ਨਿਕਲ ਕੇ ਆਈ ਹੈ ਹੁਣ ਇਹ ਪਤਾ ਨਹੀਂ ਲੱਗ ਰਿਹਾ ਕਿ ਸ਼ੁਰੂਆਤ ਕਿੱਥੋਂ ਹੋਈ ਹੈ। ਠੀਕ ਹੈ ਹੁਣ ਇਹਦੇ ਵਿੱਚ ਸਿਚੁਏਸ਼ਨ ਇਹ ਬਣਦੀ ਹੈ ਜੋ ਦਿਖਾਇਆ ਜਾ ਰਿਹਾ ਜੋ ਪੇਸ਼ ਕੀਤਾ ਜਾ ਰਿਹਾ ਕਿ ਦੋ ਮੁੰਡੇ ਆ ਰਹੇ ਆ ਮੂਹਰੇ ਇੱਕ ਭੂਤਨੀ ਇੱਕ ਚੜੇਲ ਆ ਕੇ ਖੜ੍ਹ ਜਾਂਦੀ, ਕਹਿੰਦੇ ਕਿ ਜੀ ਸਾਨੂੰ ਰੋਣ ਦੀ ਆਵਾਜ਼ ਸੁਣਦੀ ਹੈ ਅਸੀਂ ਰੁਕ ਜਾਂਦੇ ਹਾਂ, ਜੋ ਮੈਸੇਜ ਮਤਲਬ ਟਰੈਵਲ ਕਰਵਾਇਆ ਜਾ ਰਿਹਾ ਕਰਵਾਇਆ ਜਾ ਰਿਹਾ ਇਸ ਗੱਲ 'ਤੇ ਧਿਆਨ ਦੇਈਏ ਵੀ ਅਖੇ ਜੀ ਅਸੀਂ ਰੁਕ ਗਏ ਇੱਕ ਬੰਦਾ ਡਰ ਗਿਆ ਨਾਲ ਦਾ ਉਹਨੂੰ ਹੌਸਲਾ ਦੇ ਰਿਹਾ ਨਾਲ ਉਹ ਵੀ ਨਾਮ ਜਪ ਰਿਹਾ। ਪਰ ਮੈਂ ਇੱਥੇ ਇੱਕ ਸਵਾਲ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਤੁਹਾਡੇ ਨਾਲ ਵੀ ਪਰਿਵਾਰਕ ਮੈਂਬਰਾਂ ਨਾਲ ਵੀ ਜਿਹੜੇ ਡਰੇ ਹੋਏ ਆ ਵੀ ਦੁਨੀਆਂ 'ਤੇ ਇੱਦਾਂ ਦਾ ਕਿਹੜਾ ਫੋਨ ਬਣ ਗਿਆ ਜਿਹੜਾ ਭੂਤਾਂ ਦੀ ਫੋਟੋ ਖਿੱਚਣ ਲੱਗ ਪਿਆ ਵੀ ਤੁਸੀਂ ਆਪਣੀ ਸੈਲਫੀ ਤਾਂ ਲੈ ਲੈਂਦੇ ਆ ਹੈ, ਕਿਸੇ ਆਏ ਗਏ ਗੈਸਟ ਦੀ ਸੈਲਫੀ ਤਾਂ ਲੈ ਲੈਂਦੇ ਹਾਂ ਪਰ ਭੂਤਾਂ ਨਾਲ ਤੁਸੀਂ ਕਿਵੇਂ ਸੈਲਫੀ ਲੈ ਸਕਦੇ ਹੋ, ਭੂਤਾਂ ਨੂੰ ਕਿਵੇਂ ਕੈਪਚਰ ਕਰ ਸਕਦੇ ਹੋ? ਹੁਣ ਭੂਤ ਦੀ ਗੱਲ ਕਰਦੇ ਹੋ ਤੁਸੀਂ ਬਿਲੀਵ ਕਰਦੇ ਹੋ ਭੂਤ 'ਚ? ਦੇਖੋ ਸੁਰੀ ਸਾਹਿਬ ਜਿੱਦਾਂ ਬਜ਼ੁਰਗ ਪੁਰਾਣੇ ਬਜ਼ੁਰਗਾਂ ਤੋਂ ਮੈਂ ਸੁਣਿਆ ਸੀਗਾ ਕਿ ਜੇ ਪਰਮਾਤਮਾ ਅਤੇ ਆਤਮਾ ਵੀ ਹੈ, ਹੁਣ ਇੱਥੇ ਆਪਾਂ ਇਹ ਵੀ ਗੱਲ ਕਰਦੇ ਹਾਂ ਕਿ ਦੇਖੋ ਜਿਹੜੀ ਧਰਤੀ ਆ ਕਿਉਂਕਿ ਥਿਊਰੀਆਂ ਆ ਇਹ ਕਹਿੰਦੇ ਧਰਤੀ ਕਈ ਹਜ਼ਾਰਾਂ ਕਰੋੜ ਸਾਲ ਪੁਰਾਣੀ ਆ, ਦੈਟ ਮੀਨਸ ਕਈ ਅਰਬਾਂ ਖਰਬਾਂ ਲੋਕਾਂ ਨੇ ਜਨਮ ਲਿਆ ਹੋਣਾ ਅਤੇ ਜਾਨੋਂ ਚਲੇ ਗਏ, ਅਤੇ ਫਿਰ ਇਹਦਾ ਮਤਲਬ ਆਪਾਂ ਧਰਤੀ 'ਤੇ ਜਿੱਥੇ ਕਿਤੇ ਵੀ ਪੈਰ ਰੱਖ ਰਹੇ ਹਾਂ ਰੱਖ ਰਹੇ ਹਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਦੱਬਿਆ ਹੋਣਾ ਜਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੇ ਹੱਥ ਪਹੁੰਚੇ ਹੋਣੇ ਆ, ਬਿਲਕੁਲ, ਤਾਂ ਫਿਰ ਆਤਮਾ ਤਾਂ ਥਾਂ ਥਾਂ 'ਤੇ ਹੋਣੀ ਚਾਹੀਦੀ ਆ, ਆਪਾਂ ਫੋਟੋ ਖਿੱਚ ਲੈਂਦੇ ਕੋਈ ਨਿਕਲਦੀ ਆ ਤਾਂ ਸਾਹਮਣੇ ਆ ਕੇ, ਮਤਲਬ ਇਹ ਕਿਹੜਾ ਨਵੇਂ ਤਰੀਕੇ ਦਾ ਰੋਬੋਟਿਕ ਭੂਤ ਆ ਜਿਹਦੀ ਫੋਟੋ ਖਿੱਚ ਹੋਣ ਲੱਗ ਪਈ ਔਰ ਨਾਲੇ ਮੋਟਰਸਾਈਕਲ ਦੀ ਲਾਈਟ ਬਿਲਕੁਲ ਸਿੱਧੀ ਉਹਦੇ 'ਤੇ ਪੈਰੀ ਸੀਗੀ? ਤਾਂ ਇਹਦੇ ਵਿੱਚ ਬਹੁਤ ਸ਼ੰਕੇ ਨੇ, ਬਹੁਤ ਚੀਜ਼ਾਂ ਜਿਹੜੀਆਂ ਅੰਡਰਲਾਈਨ ਕੀਤੀਆਂ ਜਾਂਦੀਆਂ ਕਿ ਹੋ ਸਕਦਾ ਇਹ ਸਕ੍ਰਿਪਟਡ ਹੋਵੇ, ਵੈਸੇ ਹੀ ਪ੍ਰੈਂਕ ਕੀਤਾ ਗਿਆ ਹੋਵੇ, ਮਤਲਬ ਇਹਨੂੰ ਮੈਂ 3-4 ਐਂਗਲਸ ਦੀ ਤਰ੍ਹਾਂ ਦੇਖਦਾ ਰਕੇਸ਼ ਸਾਹਿਬ ਵੀ, ਕਿਉਂਕਿ ਇਹ ਵੀਡੀਓ ਜਿੱਦਾਂ ਹੁਣ ਵਟਸਐਪ ਗਰੁੱਪ ਆ ਜਾ ਰਹੀ ਹੈ ਬੱਚਿਆਂ ਅੰਦਰ ਸਹਿਮ ਦਾ ਮਾਹੌਲ ਬਣ ਰਿਹਾ ਹੈ ਨਾ, ਮੈਂ ਜੇ ਆਪਣੀ ਗੱਲ ਵੀ ਕਰਾਂ ਤਾਂ ਛੋਟੇ ਹੁੰਦੇ ਚਲੋ ਮੈਨੂੰ ਵੀ ਡਰ ਜਿਹਾ ਲੱਗਦਾ ਹੁੰਦਾ ਸੀ ਕਿ ਯਾਰ ਕਿਤੇ ਭੂਤ ਨਾ ਆ ਜਾਵੇ, ਤਾਂ ਮੇਰੀ ਦਾਦੀ ਤਾਂ ਕਹਿੰਦੀ ਹੁੰਦੀ ਸੀ ਕਹਿ ਜੈ ਵੀਰ ਬਜਰੰਗੀ ਸਦਾ ਮੇਰੇ ਸੰਗੀ, 3-3-4 ਵਾਰੀ ਇੱਦਾਂ ਕਹਿਣਾ ਦਿਹਾੜੀ 'ਚ 4-5 ਵਾਰੀ ਨਾਮ ਲੈਣਾ, ਐਂ ਲੱਗਣਾ ਕਿ ਉਹ ਮੇਰੇ ਨਾਲ ਹੈ ਮੈਨੂੰ ਕੁਛ ਨਹੀਂ ਹੋ ਸਕਦਾ।
ਜਾਂ ਵਾਹਿਗੁਰੂ ਦਾ ਜਾਪ ਕਰਨਾ, ਤਾਂ ਐਂ ਲੱਗਣਾ ਕਿ ਭੂਤ ਪ੍ਰੇਤ ਆਪਣਾ ਕੁਛ ਵਿਗਾੜ ਹੀ ਨਹੀਂ ਸਕਦੇ ਜੇ ਤੁਸੀਂ ਉਹਦੀ ਰਜਾ 'ਚ ਰਹਿੰਦੇ ਹਾਂ। ਹੁਣ ਇਹਨੂੰ ਤਿੰਨ ਚਾਰ ਐਂਗਲਾਂ ਤੋਂ ਆਪਾਂ ਕਿਵੇਂ ਦੇਖਦੇ ਰਕੇ ਸਾਹਿਬ ਵੀ, ਜਿੱਦਾਂ ਇਹ ਪੇਸ਼ ਕੀਤਾ ਜਾ ਰਿਹਾ ਕਿ ਜੀ ਮੁੰਡੇ ਮੋਟਰਸਾਈਕਲ 'ਤੇ ਜਾ ਰਹੇ ਆ, ਛਨ 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 ਦੀ ਆਵਾਜ਼ ਸੁਣਦੀ ਹੈ, ਕੋਈ ਔਰਤ ਰੋਂਦੀ ਦੀ ਆਵਾਜ਼ ਸੁਣਦੀ, ਰੁਕ ਜਾਂਦੇ ਆ। ਪਹਿਲੀ ਗੱਲ ਤਾਂ ਜੇ ਰੁਕ ਰੋਂਦੀ ਦੀ ਆਵਾਜ਼ ਸੁਣੀ ਆ ਤਾਂ ਇੱਥੇ ਬੰਦਾ ਰੁਕਦਾ ਜੀ, ਇੱਦਾਂ ਥੋੜ੍ਹਾ ਕਿ ਉਹ ਮੋਹਰੇ 15-20 ਫੁੱਟ 'ਤੇ ਰੋਂਦੀ ਦੀ ਆਵਾਜ਼ ਹੈ, ਜਿਹੜਾ ਤਸਵੀਰ ਹੈ ਤੁਸੀਂ ਪਿੱਛੇ ਵੀ ਦੇਖ ਪਾ ਰਹੇ ਹੋ ਵੀ ਉਹ 25-30 ਫੁੱਟ 'ਤੇ ਰੋਂਦੀ ਪਈ ਹੈ, ਅਤੇ ਮੈਂ ਪਹਿਲੀ ਦੇਖ ਕੇ ਮੈਨੂੰ ਆਵਾਜ਼ ਇੰਨੀ ਕਲੀਅਰ ਸੁਣਨ ਲੱਗ ਪਈ। ਹੈੱਡਫੋਨ ਲਾਇਆ ਕੋਈ, ਉਹਦੇ ਮਾਈਕ ਲੱਗਾ ਹੈ, ਹੈ ਉਹਦੇ ਵੀ ਮਤਲਬ ਮਾਈਕ ਲੱਗਾ, ਤੁਹਾਡੇ ਹੈੱਡਫੋਨ ਲੱਗੇ ਤੁਸੀਂ ਦੇਖ ਕੇ ਰੁਕ ਕੇ। ਤਾਂ ਹੁਣ ਇੱਕ ਤਾਂ ਇਹ ਪੇਸ਼ ਬਣਾਇਆ ਜਾਂਦਾ ਐਂਗਲ ਕਿ ਭੂਤ ਆ ਜੀ, ਦੂਜਾ ਐਂਗਲ ਇੱਕ ਹੋਰ ਨਿਕਲ ਕੇ ਸਾਹਮਣੇ ਆਉਂਦਾ ਕਿ ਹੋ ਸਕਦਾ ਇਹ ਕੋਈ ਗਰੋਹ ਹੋਵੇ ਜਿਹਨੇ ਉਹਨਾਂ ਨੂੰ ਰੋਕਿਆ ਹੋਵੇ, ਕੋਈ ਚੋਰਾਂ ਦਾ ਗਰੋਹ ਹੋਵੇ, ਕਿਉਂਕਿ ਲੁੱਟਾ ਖੋਹ ਵਾਲੇ ਦਾਤ ਦੂਤ ਲੈ ਕੇ ਤਾਂ ਬਹੁਤ ਫਿਰਦੇ ਆ, ਕਿ ਇੱਦਾਂ ਵੀ ਹੋ ਸਕਦਾ ਕਿ ਬੰਦੇ ਨੂੰ ਡਰਾ ਦੇਈਏ ਜੀ, ਤਾਂ ਉਹ ਐਂਗਲ ਵੀ ਨਹੀਂ ਬਣਦਾ। ਪਹਿਲਾ ਐਂਗਲ ਤਾਂ ਇਸ ਕਰਕੇ ਨਹੀਂ ਬਣਦਾ ਕਿ ਭੂਤ ਹੈ, ਕਿਉਂਕਿ ਫੋਟੋ ਕਿੱਦਾਂ ਆ ਗਈ ਜੀ। ਦੂਜਾ ਐਂਗਲ ਨਹੀਂ ਬਣਦਾ ਕਿ ਇਹ ਗਰੋਹ ਆ, ਕਿਉਂਕਿ ਜੇ ਗਰੋਹ ਆ ਤਾਂ ਮੋਟਰਸਾਈਕਲ ਖੋਹ ਕੇ ਕਿਉਂ ਨਹੀਂ ਲੈ ਕੇ ਗਏ, ਫੋਨ ਖੋਹ ਕੇ ਕਿਉਂ ਨਹੀਂ ਲੈ ਕੇ ਗਏ, ਤਾਂ ਇਹ ਵੀ ਐਂਗਲ ਨਹੀਂ ਬਣਦਾ। ਤੀਜਾ ਐਂਗਲ ਇਹ ਵੀ ਬਣਦਾ ਰਕੇ ਸਭ ਦੀ ਜੀ, ਕਿ ਮੁੰਡਿਆਂ ਨੇ ਆਪ ਰੀਲ ਬਣਾਈ ਹੋ ਸਕਦੀ ਆ, ਸਕ੍ਰਿਪਟਡ ਹੋ ਸਕਦਾ ਕਿ ਚਲੋ ਸਨਸਨੀ ਫੈਲਾਉਂਦੇ ਆ। ਅਤੇ ਤੀਜਾ ਐਂਗਲ ਵੀ ਨਹੀਂ ਬਣਦਾ, ਕਿਉਂਕਿ ਇੱਕ ਨਾਲ ਦਾ ਡਰਿਆ ਦੂਜਾ ਨੂੰ ਕਹਿੰਦਾ ਕਿ ਤੂੰ ਨਾਮ ਜਪ, ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ, ਇੱਟ ਮੀਨਸ ਉਹ ਘਬਰਾ ਕੇ ਜ਼ਿਆਦਾ ਹੇਠਾਂ ਡਿੱਗ ਡੁੱਗ ਗਿਆ, ਉਹਦੇ ਕੋਲ ਚੱਕ ਨਹੀਂ ਹੋ ਰਿਹਾ। ਤਾਂ ਮੈਨੂੰ ਜਿਹੜਾ ਚੌਥਾ ਐਂਗਲ ਲੱਗਦਾ ਇੱਕ ਹੋ ਰਿਹਾ, ਉਹ ਇਹ ਲੱਗਦਾ ਕਿ ਮੁੰਡਿਆਂ ਨੇ ਆਪਣੇ ਦੋਸਤ ਨਾਲ ਪ੍ਰੈਂਕ ਖੇਡਿਆ ਸੀਗਾ, ਪ੍ਰੈਂਕ ਰੋਂਗ ਚਲਾ ਗਿਆ, ਗਲਤ ਚਲਾ ਗਿਆ, ਨਾਲ ਦਾ ਸਾਥੀ ਡਰ ਗਿਆ, ਜਿਸ ਕਰਕੇ ਹੁਣ ਉਹਨਾਂ ਨੇ ਵੀਡੀਓ ਬਿਨਾਂ ਆਪਣਾ ਨਾਮ ਨਸ਼ਰ ਕੀਤੇ, ਬਿਨਾਂ ਸਾਥੀ ਦਾ ਨਾਮ ਦੱਸੇ ਪਾ ਦਿੱਤੀ ਆ। ਪਰ ਸੱਚਾਈ ਉਦੋਂ ਹੀ ਪਤਾ ਲੱਗਣੀ ਆ, ਜਾਂ ਜਿਹੜਾ ਹੈਪੀ ਜਿਹਦਾ ਨਾਮ ਲੈਂਦਾ ਉਹ ਸਾਹਮਣੇ ਆਵੇ, ਜਾਂ ਜਿਹਨੇ ਵੀਡੀਓ ਬਣਾਈ ਆ ਜਿਹੜਾ ਉਹਨੂੰ ਕਹਿੰਦਾ ਕਿ ਉੱਠ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਨਾਮ ਜਪ, ਉਹ ਸਾਹਮਣੇ ਆਵੇ ਫਿਰ ਪਤਾ ਲੱਗਣੀ। ਕੇ ਸਾਹਿਬ ਵੀ ਚਾਰ ਐਂਗਲ ਤਾਂ ਮੈਂ ਦੱਸ ਦਿੱਤੇ, ਪੰਜਵਾਂ ਐਂਗਲ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦਾ। ਉਹ ਬੁੱਟਰ ਦਾ ਗਾਣਾ ਨਹੀਂ ਸੀ ਆ, ਜੱਟ ਸਿਵਿਆਂ 'ਚੋਂ ਲੰਘਿਆ ਚੜੇਲ ਟੱਕਰੀ, ਇਹ ਹੁਣ ਪਤਾ ਨਹੀਂ ਕਿਹੜੀ ਸੜਕ 'ਤੇ ਚੜੇਲ ਫਿਰਦੀ ਸੀਗੀ, ਜੇ ਕਿਤੇ ਉਹ ਸੜਕ ਜਿੱਥੇ ਅਮੂਮਨ ਲੋਕ ਲੰਘਦੇ ਆ, ਜਾਂ ਖਾਸ ਕਰਕੇ ਸ਼ਾਮ ਨੂੰ ਸ਼ਰਾਬੀ ਲੰਘਦੇ ਆ, ਜੇ ਉਹਨੂੰ ਟੱਕਰ ਜਾਂਦੀ ਫਿਰ ਤਾਂ ਕਹਾਣੀ ਕੁਝ ਹੋਰ ਹੋਣੀ ਸੀ। ਫਿਰ ਤਾਂ 2 ਪੈਕੇ ਲਾ ਕੇ ਉਹਨੇ ਕਹਿਣਾ ਸੀ ਨੱਚ, ਅੱਜ ਅਸੀਂ ਤੈਨੂੰ ਨੱਚਦੀ ਨੂੰ ਦੇਖਾਂਗੇ, ਅੱਜ ਤਾਂ ਯਾਰ ਉਹਨੇ ਸ਼ਰਾਬ ਪੀ ਕੇ ਚੁੜੇਲ ਨਚਾਈ ਆ, ਠੀਕ ਹੈ ਨਾ। ਤਾਂ ਸਾਨੂੰ ਐਕਚੁਅਲੀ ਪਤਾ ਹੀ ਨਹੀਂ ਆ ਹੋਇਆ ਕੀ। ਇੱਕ ਐਂਗਲ ਸੁਰੀ ਸਾਹਿਬ ਹੋਰ ਨਿਕਲ ਕੇ ਆ ਰਿਹਾ ਕਿ ਉਹ ਕਹਿੰਦੇ ਕਿ ਸਾਡੀ ਕੁੜੀ ਦਾ ਕੁਛ ਟਾਈਮ ਪਹਿਲਾਂ ਐਕਸੀਡੈਂਟ ਹੋਇਆ ਸੀ, ਉਹਦੀ ਆਤਮਾ ਘੁੰਮਦੀ, ਮਤਲਬ ਉਸੇ ਲੋਕੇਸ਼ਨ 'ਤੇ ਐਕਸੀਡੈਂਟ ਹੋਇਆ ਜੀ, ਫਿਰ ਜਿਹਨਾਂ ਦੀ ਕੁੜੀ ਉਹ ਵਾਪਸ ਲੈ ਜਾਣ, ਉੱਥੇ ਕੱਲ੍ਹ ਛੱਡੀ ਹੋਏ ਆ। ਨਹੀਂ ਦੇਖੋ, ਮੈਂ ਤੁਹਾਨੂੰ ਜਿੱਦਾਂ ਪਹਿਲਾਂ ਕਹਿ ਕੇ ਹਟਿਆ ਕਿ ਰਕੇਸ਼ ਸਾਹਿਬ ਵੀ ਅਰਬਾਂ ਖਰਬਾਂ ਲੋਕ ਆ ਕੇ ਚਲੇ ਗਏ, ਔਰ ਲੋਕ ਇੱਕ ਗੱਲ ਜ਼ਰੂਰ ਕਹਿੰਦੇ ਕਿ ਧਰਤੀ ਨਾਸ਼ਵਾਨ ਹੈ। ਮੈਂ ਯਾਦ ਕਰਾਵਾਂ, ਧਰਤੀ ਨਾਸ਼ਵਾਨ ਨਹੀਂ ਹੈ, ਇਹ ਸਰੀਰ ਨਾਸ਼ਵਾਨ ਹੈ। ਹੁਣ ਜੇ ਉਹਨਾਂ ਦੀ ਕੁੜੀ ਜਿਹਦੀ ਵੀ ਆ, ਪਹਿਲੀ ਗੱਲ ਤਾਂ ਇਹ ਵੀ ਮੈਨੂੰ ਅਫਵਾਹ ਲੱਗਦੀ ਆ, ਇਹ ਵੀ ਕੋਈ ਮਨ ਘੜਤ ਕਹਾਣੀ ਲੱਗਦੀ ਆ, ਤਾਂ ਜੋ ਨਵਾਂ ਐਂਗਲ ਉੱਤੇ ਫਸਾ ਦਿਓ, ਸਾਡੇ ਤੱਕ ਗੱਲ ਨਾ ਪਹੁੰਚੇ। ਮੰਨ ਲਓ ਕਿਸੇ ਦੀ ਬੇਟੀ ਦਾ ਐਕਸੀਡੈਂਟ ਹੋ ਗਿਆ, ਜਹਾਨੋਂ ਚੱਲੇਗੀ, ਤਾਂ ਉਹਨਾਂ ਨੇ ਸੰਸਕਾਰ ਤਾਂ ਕੀਤਾ ਹੋਊਗਾ, ਸਰੀਰ ਮਿੱਟੀ ਹੋ ਗਿਆ, ਫੁੱਲ ਜਲ ਪ੍ਰਵਾਹ ਕਰ ਦਿੱਤੇ ਹੋਣੇ ਆ, ਫਿਰ ਜੇ ਉਹਨੂੰ ਮੁੜ ਕੇ ਸਰੀਰ ਮਿਲ ਗਿਆ ਤਾਂ ਉਹਨੂੰ ਘਰ ਲੈ ਜਾਓ, ਇਹ ਪੋਸੀਬਲ ਹੈ। ਤੁਹਾਨੂੰ ਪੋਸੀਬਿਲਿਟੀ ਲੱਗਦੀ ਆ ਕਿ ਜੀ ਉਸੇ ਥਾਂ 'ਤੇ ਸਾਡੀ ਕੁੜੀ ਦਾ ਜਿੱਥੇ ਐਕਸੀਡੈਂਟ ਹੋਇਆ ਸੀ ਉਹ ਦੁਬਾਰ 'ਤੇ ਆ ਕੇ ਖੜੀ ਹੋ ਗਈ, ਫਿਰ ਉਹਨੂੰ ਘਰ ਲੈ ਜਾਓ, ਉੱਥੇ ਕੋਈ ਛੱਡਿਆ, ਤੁਸੀਂ ਕੱਲ੍ਹ ਡਰਦੇ ਆ, ਤੁਸੀਂ ਥੋੜ੍ਹੇ ਮਾਰੀ ਆ ਜੀ। ਇਹ ਸਾਫ਼ ਤੌਰ 'ਤੇ ਪਤਾ ਲੱਗਦਾ ਕਿ ਇੱਕ ਸਕ੍ਰਿਪਟ ਸੀਗੀ, ਇੱਕ ਹਾਸਾ ਮਜ਼ਾਕ ਸੀ ਜੋ ਗਲਤ ਚਲਾ ਗਿਆ, ਕਿਉਂਕਿ ਆਪਣਾ ਨਾਲ ਦਾ ਸਾਥੀ ਬਹੁਤ ਡਰ ਗਿਆ। ਤਾਂ ਇਹਨਾਂ ਚੀਜ਼ਾਂ ਤੋਂ, ਫਾਹਾਂ ਤੋਂ ਬਚਣ ਦੀ ਲੋੜ ਹੈ, ਡਰਨ ਦੀ ਲੋੜ ਨਹੀਂ ਹੈ। ਲੋਕਾਂ ਨੂੰ ਤਾਂ ਤੁਰਦੀਆਂ ਫਿਰਦੀਆਂ ਜਿਹੜੀਆਂ ਭੂਤ ਪ੍ਰੇਤ ਆ, ਜਿਹੜੇ ਚਿੱਟੇ ਚੁੱਟੇ ਵਾਲੇ ਉਹ ਨਹੀਂ ਛੱਡਦੇ ਪਏ, ਉਹ ਦਾਤ ਕੱਢ ਲੈਂਦੇ ਆ, ਠੀਕ ਹੈ ਨਾ, ਉਹ ਗੜਾਸੇ ਕੱਢ ਲੈਂਦੇ, ਤਾਂ ਆਹ ਨਵਾਂ ਜਿਹੜਾ ਪੰਗਾ ਪਾ ਦਿੱਤਾ ਉਹਦੇ ਕਰਕੇ ਲੋਕਾਂ ਦਾ ਸਹਿਮ ਦਾ ਮਾਹੌਲ ਬਣਦਾ। ਅਤੇ ਪੁਲਿਸ ਦਾ ਇਸ ਬਾਰੇ ਸੁਰੀ ਸਾਹਿਬ ਕੁਛ ਕਹਿਣਾ? ਦੇਖੋ, ਜਿੰਨੀ ਕੁ ਮੇਰੇ ਕੋਲ ਜਾਣਕਾਰੀ ਆ, ਹਾਲੇ ਤੱਕ ਪੁਲਿਸ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ।
ਔਰ ਲਿਖਤੀ ਸ਼ਿਕਾਇਤ ਮਿਲੂਗੀ, ਦੇਣੀ ਵੀ ਕਿਹੜੇ ਥਾਣੇ 'ਚ ਆ, ਜਦ ਤੱਕ ਬੰਦਾ ਨਹੀਂ ਸਾਹਮਣੇ ਆਉਂਦਾ। ਹੁਣ ਮੇਰੀ ਗੱਲ ਸੁਣੋ, ਜਿਵੇਂ ਕੁਝ ਲੋਕ ਕਹਿ ਰਹੇ ਆ ਕਿ ਜੀ ਰਾਜਾ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਹੇ ਸੀਗੇ, ਤਾਂ ਜਿਹੜੀ ਚੌਂਕੀ ਉੱਥੇ ਪਊਗੀ ਉੱਥੇ ਸ਼ਿਕਾਇਤ ਦਰਜ ਹੋਊਗੀ ਕਿ ਨਹੀਂ? ਹੁਣ ਜੇ ਨਵੇਂ ਸ਼ਹਿਰ ਏਰੀਏ ਦੀ ਤਾਂ ਨਵਾਂ ਸ਼ਹਿਰ ਥਾਣੇ 'ਚ ਹੋਊਗੀ, ਪਰ ਹਾਲੇ ਤੱਕ ਇਹੀ ਨਹੀਂ ਪਤਾ ਲੱਗਾ ਵਾਰਦਾਤ ਹੋਈ ਕਿੱਥੇ ਆ, ਹੋਈ ਕਿਹਨਾਂ ਨਾਲ ਆ, ਪੁਲਿਸ ਵੀ ਕਿਵੇਂ ਕਾਰਵਾਈ ਕਰੂਗੀ। ਲੇਕਿਨ ਡੈਫੀਨੇਟਲੀ ਮੈਨੂੰ ਲੱਗਦਾ ਕਿ ਪੁਲਿਸ ਨੂੰ ਅੱਗੇ ਆਉਣਾ ਚਾਹੀਦਾ, ਜਿਨ੍ਹਾਂ ਨੇ ਅਫਵਾਹ ਫੈਲਾਈ ਆ ਉਹਨਾਂ ਨੂੰ ਜ਼ਰੂਰ ਸਾਹਮਣੇ ਲੈ ਕੇ ਆਉਣਾ ਚਾਹੀਦਾ, ਤਾਂ ਜੋ ਲੋਕਾਂ ਦੇ ਅੰਦਰ ਜਿਹੜਾ ਇਹ ਡਰ ਦਾ, ਸਹਿਮ ਦਾ ਮਾਹੌਲ ਹੈ ਉਹਨੂੰ ਬਾਹਰ ਕੱਢਿਆ ਜਾਵੇ।